ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵੈਦਰ ਟੀਵੀ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਆਓ ਅੱਜ ਗੱਲ ਕਰਦੇ ਹਾਂ 8 ਅਤੇ 9 ਮਾਰਚ 2020 ਨੂੰ ਪੰਜਾਬ ਵਿੱਚ ਮੌਸਮ ਵਿਭਾਗ ਅਨੁਸਾਰ ਕੀ ਹੈ ਮੌਸਮ ਦਾ ਹਾਲ ਅਤੇ ਮੌਸਮ ਦੀ ਜਾਣਕਾਰੀ ਉਸ ਬਾਰੇ ਆਪਾਂ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਰੂਰ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਕ ਕੇ ਜਲਦੀ ਨਾਲ ਸਬਸਕ੍ਰਾਈਬ ਕਰ ਲਓ ਤਾ ਜੋ ਤੁਹਾਨੂੰ ਤਾਜ਼ਾ ਅਪਡੇਟ ਮੌਸਮ ਸੰਬੰਧੀ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਦਿਓ ਤਾਂ ਜੋ ਅਸੀਂ ਜਲ ਤੋਂ ਜਲਦ ਤੁਹਾਡੇ ਜ਼ਿਲ੍ਹੇ ਦੀ ਵੀ ਜਾਣਕਾਰੀ ਦੇ ਸਕਗੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੇ ਗੱਲ ਕਰੀਏ ਆਪਾਂ 8 ਮਾਰਚ ਦੇ ਮੌਸਮ ਦੀ 8 ਮਾਰਚ ਨੂੰ ਆਪਾਂ ਨੂੰ ਮੌਸਮ ਲਗਭਗ 70 ਤੋਂ 80% ਏਰੀਆ ਵਿੱਚ ਸਾਫ਼ ਦਿਖਾਈ ਦੇਵੇਗਾ ਪੰਜਾਬ ਵਿੱਚ ਕੜੀ ਧੁੱਪ ਦੇ ਨਾਲ ਹਾਲਾਂਕਿ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਇਨ੍ਹਾਂ ਇੱਕ ਦੋ ਇਲਾਕਿਆਂ ਵਿੱਚ ਹੋ ਸਕਦਾ ਕਿ ਹਲਕੀ ਬਦਲਵਾਈ ਆਪਾਂ ਨੂੰ ਦੇਖਣ ਨੂੰ ਮਿਲੇ। ਬਾਕੀ ਪੰਜਾਬ ਵਿੱਚ ਮੌਸਮ ਲਗਭਗ ਸਾਫ਼ ਦਿਖਾਈ ਦੇਵੇਗਾ। ਅਤੇ 9 ਤਰੀਕ ਨੂੰ ਆਪਾਂ ਨੂੰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਇਨ੍ਹਾਂ ਇਲਾਕਿਆਂ ਵਿੱਚ ਹਲਕੀ ਬਦਲਵਾਈ ਦੇਖਣ ਨੂੰ ਮਿਲੇਗੀ ਤੇ ਇੱਕ ਦੋ ਸਥਾਨਾਂ ਵਿੱਚ ਹਲਕਾ ਨਮੀਂ ਦੀਆਂ ਛੱਟੇਦਾਰ ਬੁਚਾਰਾਂ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ। ਅਤੇ ਜੇ ਗੱਲ ਕਰੀਏ ਆਪਾਂ ਤਾਪਮਾਨ ਦੇ ਇਨ੍ਹਾਂ ਦਿਨਾਂ ਵਿੱਚ ਤਾਪਮਾਨ ਆਪਾਂ ਨੂੰ ਲਗਭਗ 24 ਤੋਂ 25 ਡਿਗਰੀ ਨਜ਼ਰ ਆਵੇਗਾ ਅਤੇ ਉਸ ਤੋਂ ਬਾਅਦ ਜੇ ਗੱਲ ਕਰੀ ਆਪਾਂ 10 11 ਮਾਰਚ ਦੀ 10 11 ਮਾਰਚ ਨੂੰ ਆਪਾਂ ਨੂੰ ਫਿਰ ਤੋਂ ਇੱਕ ਜਿਹੜਾ ਪਛਮੀ ਪ੍ਰਭਾਵੀ ਸਿਸਟਮ ਆ ਰਿਹਾ ਹੈ ਉਸ ਦਾ ਜ਼ਿਆਦਾਤਰ ਪ੍ਰਭਾਵ ਆਪਾਂ ਨੂੰ 70 ਤੋਂ 80% ਪੰਜਾਬ ਦੇ ਏਰੀਆ ਵਿੱਚ ਦੇਖਣ ਨੂੰ ਮਿਲੇਗਾ ਕਾਫੀ ਤਗੜਾ ਪਛਮੀ ਸਿਸਟਮ ਦੱਸਿਆ ਜਾ ਰਿਹਾ ਹੈ ਉਸ ਬਾਰੇ ਆਪਾਂ ਤਾਜ਼ਾ ਅਪਡੇਟ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ ਤਦ ਤੱਕ ਲਈ ਆਪਣੇ ਚੈਨਲ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ